ਤਾਂ ਮੇਰਾ ਪੁੱਤਰ ਪੜ ਲਿਖ ਕੇ ਵੱਡਾ ਡਾਕਟਰ ਬਣੂਗਾ। ਵਧੀਆ ਪੜਾਉਂਗਾ ਵਧੀਆ। ਗੁਰਨਾਮ ਸਿੰਘ ਮੁੰਡੇ ਨੂੰ ਡਾਕਟਰ ਤਾਂ ਹੀ ਬਣਾਏਗਾ ਨਾ, ਜੇ ਉਹਨੂੰ ਕੋਈ ਚੰਗੀ ਸਿੱਖਿਆ ਦਵਾਏਗਾ। ਲੈ ਆਪਾਂ ਤਾਂ ਐਸੀ ਆ, ਆਪਾਂ ਨੂੰ ਐਸੀ ਕੋਟੇ ਦਾ ਲਾਭ ਵੀ ਤਾਂ ਮਿਲਦਾ ਹੈ। ਉਹ ਕਮਲਿਆ ਗੁਰਨਾਮ ਸਿੰਘ, ਐਸੀ ਕੋਟੇ ਦਾ ਲਾਭ ਤਾਂ ਆਪਾਂ ਨੂੰ ਛੋਟੀਆਂ ਮੋਟੀਆਂ ਸਕੀਮਾਂ 'ਚ ਮਿਲਦਾ, ਅਤੇ ਉਹਦੇ 'ਚ ਵੀ ਜ਼ਿਆਦਾਤਰ ਹੱਕ ਅਮੀਰ ਲੋਕ ਮਾਰ ਜਾਂਦੇ ਨੇ। ਜਿਹੜੇ ਸਕੂਲਾਂ ਵਿੱਚ ਗਰੀਬਾਂ ਦੇ ਬੱਚਿਆਂ ਨੇ ਪੜ੍ਹਨਾ ਹੁੰਦਾ, ਉਹਨਾਂ ਸਕੂਲਾਂ ਦਾ ਤਾਂ ਬੇੜਾ ਗਰਕ ਕਰਤਾ ਇਹਨਾਂ ਸਰਕਾਰਾਂ ਨੇ। ਉਹ ਗੁਰਨਾਮ ਸਿੰਘ ਕਿੱਧਰ ਜਾ ਰਿਹਾ ਬਈ? ਉਹ ਮੈਂ ਆਪਦੇ ਬੱਚੇ ਬਾਰੇ ਸਕੂਲ ਦਾ ਪਤਾ ਕਰਨ ਚੱਲਿਆ ਸਾਂ। ਮੈਂ ਸੋਚਦਾ ਵੀ ਮੈਂ ਤਾਂ ਆਪਦੀ ਉਮਰ ਨੰਘਾ ਲਈ ਆ ਦਿਹਾੜੀ ਧੱਪਿਆਂ ਦੇ ਵਿੱਚ, ਅਤੇ ਆਪਣੇ ਬੱਚੇ ਨੂੰ ਕੋਈ ਚੰਗਾ ਪੜ੍ਹਾ ਲਿਖਾ ਕੇ ਡਾਕਟਰ ਬਣਾਵਾਂ। ਜੇ ਬੱਚੇ ਨੂੰ ਡਾਕਟਰ ਬਣਾਉਣਾ ਨਾ, ਤਾਂ ਚੰਗੇ ਪ੍ਰਾਈਵੇਟ ਸਕੂਲ 'ਚ ਪਾ। ਜੇ ਮੈਂ ਆਪਦੇ ਬੱਚੇ ਨੂੰ ਪ੍ਰਾਈਵੇਟ ਸਕੂਲ ਲਾਉਣਾ ਤਾਂ ਖਰਚਾ ਬਹੁਤ ਹੋਵੇਗਾ। ਜੇ ਇਹਨੂੰ ਮੈਂ ਪ੍ਰਾਈਵੇਟ ਸਕੂਲ ਲਈ ਬਣਾ ਲਵਾਂ ਤਾਂ ਨਾਲੇ ਤਾਂ ਮੇਰੇ ਮੁੰਡੇ ਸਾਥ ਬਣ ਜੂਗਾ। ਇਹਦੇ ਕੋਲ ਇੰਨੇ ਪੈਸੇ ਹੋਣੇ ਹੀ ਨਹੀਂ, ਕਰੂਗਾ ਕੀ? ਅਤੇ ਨਾਲੇ ਜਿਹੜੀ ਮੇਰੇ ਨਾਲ ਲੱਗਦੀ ਜ਼ਮੀਨ ਆ ਉਹ ਮੈਂ ਹੀ ਲੈ ਲੂੰਗਾ। ਪ੍ਰਾਈਵੇਟ ਸਕੂਲ ਦਾ ਤਾਂ ਖਰਚਾ ਹੀ ਬਹੁਤ ਹੋਊਗਾ ਜੀ। ਸਰਕਾਰੀ ਸਕੂਲਾਂ ਦਾ ਬੁਰਾ ਹਾਲ ਆ, ਪੜ੍ਹਾਈ ਤਾਂ ਉੱਥੇ ਹੈ ਨਹੀਂ। ਮੈਂ ਵੀ ਆਪਦੇ ਮੁੰਡੇ ਨੂੰ ਪ੍ਰਾਈਵੇਟ ਸਕੂਲ ਪਾਉਣਾ, ਅਤੇ ਨਾਲੇ ਤੇਰੇ ਮੁੰਡੇ ਦਾ ਸਾਥ ਬਣ ਜੂਗਾ। ਗੱਲ ਤਾਂ ਤੇਰੀ ਸਹੀ ਆ ਜਗੀਰ ਸਿੰਘ। ਗੁਰਨਾਮ ਸਿੰਘ ਪੈਸਿਆਂ ਦਾ ਫਿਕਰ ਨਾ ਕਰ, ਜਿੰਨੀ ਤੈਨੂੰ ਲੋੜ ਹੋਈ ਮੇਰੇ ਕੋਲ ਲੈ। ਚਲੋ ਜਿਵੇਂ ਤੂੰ ਕਹਿੰਦਾ ਜਗੀਰ ਸਿੰਘ, ਆਪਾਂ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਪਾ ਦਿੰਦੇ ਹਾਂ। ਉਹ ਕਿੱਧਰ ਚੱਲਿਆ? ਪੜ੍ਹ ਲਿਆ ਕਰ, ਪੇਪਰ ਨੇੜੇ ਆ। ਮੈਂ ਚੱਲਿਆ ਗਰਾਊਂਡ ਖੇਡਣ। ਹਾਂਜੀ ਹਾਂ 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 ਬਿਲਕੁਲ ਸਹੀ ਹੈ ਜੀ। ਹਾਂਜੀ ਜਗੀਰ ਸਿੰਘ ਕੀ ਹਾਲ ਹੈ? ਵਧੀਆ ਜੀ ਵਧੀਆ। ਹੋਰ ਮਾਸਟਰ ਜੀ ਕਿਵੇਂ ਆਉਣੇ ਹੋਏ? ਠੀਕ ਹੋ? ਬੈਠੋ। ਹੋਰ ਪਰਿਵਾਰ ਠੀਕ ਹੈ ਨਾ? ਸਭ ਠੀਕ ਵਧੀਆ। ਜਗੀਰ ਸਿੰਘ ਤੁਹਾਡਾ ਲੜਕਾ ਪੜ੍ਹਾਈ 'ਚ ਬਹੁਤ ਕਮਜ਼ੋਰ ਹੈ, ਮਸਾਂ ਹੀ ਪਾਸ ਹੋਣਾ। ਮਾਸਟਰ ਜੀ ਮੇਰਾ ਮੁੰਡਾ ਪਾਸ ਹੋਣਾ ਹੀ ਚਾਹੀਦਾ, ਅਤੇ ਬਾਕੀ ਤੁਹਾਨੂੰ ਪਤਾ ਹੀ ਆ ਸੇਵਾ 'ਚ ਮੈਂ ਕਸਰ ਨਹੀਂ ਰਹਿਣ ਦੇਊਂਗਾ। ਠੀਕ ਹੈ, ਜੇ ਤੁਸੀਂ ਕਹਿੰਦੇ ਤਾਂ ਤੁਹਾਡਾ ਲੜਕਾ ਪਾਸ ਹੋ ਹੀ ਜਾਊਗਾ ਫਿਰ। ਪਾਪਾ ਪਲੱਸ ਟੂ ਦਾ ਰਿਜ਼ਲਟ ਆ ਗਿਆ, ਮੈਂ ਪਾਸ ਹੋ ਗਿਆ। ਰਾਜੂ ਪੁੱਤ, ਅਤੇ ਦੀਪਕ ਵੀ ਪਾਸ ਹੋ ਗਿਆ? ਹਾਂ ਪਾਪਾ, ਦੀਪਕ ਵੀ ਪਾਸ ਹੋ ਗਿਆ। ਦੀਪਕ! ਹਾਂ ਪਾਪਾ। ਗੱਲ ਸੁਣ, ਤੇਰਾ 12ਵੀਂ ਦਾ ਨਤੀਜਾ ਆ ਗਿਆ? ਹਾਂ ਪਾਪਾ। ਕਿੰਨੇ ਨੰਬਰ ਆਇਆ? ਪਾਪਾ 75%। ਤੇ ਗੁਰਨਾਮ ਸਿੰਘ ਦੇ ਮੁੰਡੇ? 96%। ਪਾਪਾ ਮੇਰਾ ਮੈਡੀਕਲ ਲਿਸਟ 'ਚ ਨੰਬਰ ਆ ਗਿਆ। ਸੱਚ? ਵਾਹ ਵੇਲਾ ਪੁੱਤ, ਮੈਂ ਅੱਜ ਹੀ ਆ ਨਾ ਜਗੀਰ ਸਿੰਘ ਦੇ ਘਰ, ਅਤੇ ਮੈਂ ਤੇਰਾ ਫੀਸ ਦਾ ਇੰਤਜ਼ਾਮ ਕਰਦਾ। ਹੁਣ ਮੇਰਾ ਸੁਪਨਾ ਪੂਰਾ ਹੋਊਗਾ, ਮੇਰਾ ਪੁੱਤ ਡਾਕਟਰ ਬਣੂਗਾ, ਡਾਕਟਰ। ਬੇਟੇ ਤੇਰਾ ਮੈਡੀਕਲ ਲਿਸਟ ਦੇ ਵਿੱਚ ਨਾ ਆ ਗਿਆ? ਨਹੀਂ ਪਾਪਾ, ਵੇਟਿੰਗ 'ਚ ਹੈ ਜੀ। ਅਤੇ ਗੁਰਨਾਮ ਸਿੰਘ ਦੇ ਮੁੰਡੇ ਦਾ? ਪਾਪਾ ਉਹਦਾ ਨਾਮ ਲਿਸਟ ਵਿੱਚ ਪਹਿਲੇ ਨੰਬਰ 'ਤੇ। ਬੇਟੇ ਵੇਟਿੰਗ ਲਿਸਟ ਦੇ ਵਿੱਚ ਕਿੰਨੇ ਨੰਬਰ 'ਤੇ ਤੇਰਾ ਨਾਮ ਹੈ? ਅੰਕਲ ਪਹਿਲੇ ਨੰਬਰ 'ਤੇ ਹੈ। ਜਗੀਰ ਸਿੰਘ ਤੇਰੇ ਮੁੰਡੇ ਨੂੰ ਸੀਟ ਤਾਂ ਮਿਲ ਸਕਦੀ ਹੈ। ਉਹ ਕਿਵੇਂ? ਜੇ ਤੂੰ ਗੁਰਨਾਮ ਸਿੰਘ ਦੇ ਮੁੰਡੇ ਦੀ ਸੀਟ ਛਡਾ ਦੇਵੇਂ ਤਾਂ, ਜੇ ਗਰੀਬਾਂ ਦੇ ਬੱਚੇ ਵੱਡੀਆਂ ਨੌਕਰੀਆਂ 'ਤੇ ਲੱਗ ਗਏ ਤਾਂ ਆਪਣੇ ਬੱਚੇ ਕੀ ਕਰਨਗੇ? ਹਾਂ ਵੀ ਗੱਲ ਤਾਂ ਤੇਰੀ ਸਹੀ ਹੈ। ਕੀ ਹਾਲ ਆ ਜਗੀਰ ਸਿੰਘ? ਠੀਕ ਹੈ ਗੁਰਨਾਮ ਸਿੰਘ, ਆ ਬੈਠ।
हाँ भी गुरनाम सिंह किवें आने वैसे तेरे वो मेरे मुंडे का मैडिकल लिस्ट दे विच नाम आ गया गुरनाम सिंह ना तो आ गया तो अगे 35-40 लाख का जुगाड़ किवें करेगा जिहड़ी जमीन मैं थोड़े कोल गहने रखी सी उहदी रजिस्ट्री करा लो तो मैनू तुसीं पैसे दे दिओ गुरनाम सिंह इस तरह नहीं हो सकता तुसीं पहले ही बहुत सारे पैसे ले चुके हो मेरे को छड्ड यार तेरा मुंडा बहुत होशियार आ कोई होर नौकरी लभ लूगा ना तो फिर चपरासी तो लग ही जाऊगा तो अपनी रोजी रोटी कमा लूगा खाने की रोटी है और भी गुरनाम सिंह ठीक है जी बह जा भाई बचन सिंह गुरनाम सिंह की गल उदास जा बैठा बचन सिंह की दसा जिमें तुसी कहंदे सैं ओ सच होया गुरनाम सिंह मैं तेनों कहा सी ना ऐसी कोटे दा लाभ सानू छोटियां मोटियां स्कीमां च मिलदा हुण ऐसी कोटे दे दो वर्ग बन गए एक गरीब ऐसी आ एक अमीर ऐसी इसे तरह ही जरनल दे दो वर्ग ने एक गरीब जरनल ते एक अमीर जरनल ठीक है जी गुरनाम सिंह अमीर वर्ग जो सहूलतां लैण लई ऐसी बन जांदे ने ते गरीबां दा हक मार जांदे ने पर ओह बाद विच ऐसी नहीं कहाउंदे कहण नूं तां ऐसी कोटा हरेक नौकरी च मिलदा है पर ऐसी कोटे दा लाभ भी अमीर ऐसी लोक उठाउंदे ने गरीब लोक तां सुपने च नहीं सोच सकदे कि साडे बच्चे भी उच्ची सिक्ख्या लैके वट्टियां नौकरियां हासिल कर सकन सरकारां नूं चाहीदा है आर्थिक तौर ते तय करके सहूलतां देण जिस नाल गरीब लोक भी उपर आ सकन पर गुरनाम सिंह सरकारां चाहुंदियां ने कि गरीबां नूं छोटियां मोटियां सहूलतां दे के गुलाम ही रख्या जावे ठीक है भाई बचन सिंह जे दियां तेरियां गल्लां इह सच्चियां ही आ भाई